ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਇੱਕ ਦਿਨ ਤੁਸੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਧਰਨੇ ਪੰਜਾਬ ਦੇ ਵਿੱਚ ਕਿੰਨੇ ਥਾਂ ਹੀ ਲੱਗੇ ਨੇ ਕਿੰਨੀਆਂ ਧਿਰਾਂ ਇਸ ਵੇਲੇ ਸੰਘਰਸ਼ ਕਰ ਰਹੀਆਂ ਨੇ ਕਿ ਪੰਜਾਬ ਜਿਹੜਾ ਉਹ ਧਰਮ ਧਰਨਿਆਂ ਦੀ ਧਰਤੀ ਬਣਦਾ ਜਾ ਰਿਹਾ ਪਰ ਹੁਣ ਕੀ ਇਹ ਗੱਲ ਸੱਚ ਹੈ ਕਿ ਪੰਜਾਬ ਦੇ ਵਿੱਚ 365 ਦਿਨਾਂ ਦੇ ਵਿੱਚੋਂ 135 ਦਿਨ ਹਾਈਵੇ ਜਾਮ ਰਹਿੰਦੇ ਆ ਜੀ ਹਾਂ ਬਿਲਕੁਲ ਪਰਮਿੰਦੀ ਇਹ ਗੱਲ درست ਆ ਜੀ ਕਿ ਸਰਕਾਰੀ ਧਿਰਾਂ ਵੀ ਹਮ ਹਮ ਜਾ ਮਤਲਬ ਕਿ ਸਮਾਜਿਕ ਸੰਗਠਨ ਵੀ ਜੀ ਇਹ ਗੱਲ ਮੰਨਦੇ ਨੇ ਕਿ ਆਪਣੇ ਕਿਸੇ ਵੀ ਪਹਿਲੂ ਨੂੰ ਲੈ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਾ ਪ੍ਰਸ਼ਾਸਨ ਅੱਗੇ ਰੋਸ਼ ਪ੍ਰਗਟਾਉਣਾ ਸਭ ਤੋਂ ਆਸਾਨ ਤਰੀਕਾ ਜੇਕਰ ਲੱਗਦਾ ਤਾਂ ਸੜਕ ਜਾਮ ਲੱਗਦਾ ਕਿ ਸੜਕ ਜਾਮ ਨਾਲ ਜਦੋਂ ਸੜਕਾਂ ਦੇ ਉੱਤੇ ਟ੍ਰੈਫਿਕ ਰੁਕ ਜਾਂਦਾ ਹੈ ਤਦ ਹਾਹਾਕਾਰ ਮਚਦੀ ਹੈ ਮੀਡੀਆ ਵੀ ਉਹਦਾ ਨੋਟਿਸ ਲੈਂਦਾ ਹੈ ਅਫਸਰ ਸ਼ਹੀ ਵੀ ਉਹਦਾ ਨੋਟਿਸ ਲੈਂਦੀ ਹੈ ਇਸ ਲਈ ਮਜਬੂਰ ਨ ਆਪਣੀ ਗੱਲ ਕਹਿਣ ਲਈ ਆਪਣਾ ਸਨੇਹਾ ਦੇਣ ਦੇ ਲਈ ਆਪਣੀ ਮੰਗ ਮਨਾਉਣ ਦੇ ਲਈ ਧਰਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਜੇਕਰ ਮਤਲਬ ਇਹ ਹੋਵੇ ਕਿ ਡੀਸੀ ਦੇ ਦਫ਼ਤਰ ਮੂਰੇ ਬੈਠੇ ਤਾਂ ਡੀਸੀ ਨੇ ਗੱਲ ਸੁਣ ਲਈ ਐ ਮੁੱਖ ਮੰਤਰੀ ਦੇ ਘਰ ਮੂਰੇ ਬੈਠੇ ਤਾਂ ਮੁੱਖ ਮੰਤਰੀ ਨੇ ਗੱਲ ਸੁਣ ਲਈ ਫਿਰ ਸੜਕਾਂ ਜਾਮ ਨਾ ਹੋਣ ਪਰ ਜੇ ਆ ਨਹੀਂ ਹੁੰਦਾ ਅਸੀਂ ਦੇਖਦੇ ਆ ਕਿ ਡੀਸੀ ਦਫਤਰ ਮੂਰੇ ਧਰਨ ਲੱਗਦਾ ਡੀਸੀ ਪਿਛਲੇ ਦਰਵਾਜੇੋਂ ਉੱਪਰ ਵਾਲੀ ਫਲੋਰ ਚੜਕੇ ਪਿਛਲੇ ਵਾਲੀ ਦਰਵਾਜਾ ਖੋਲ ਕੇ ਲੰਘ ਜਾਂਦਾ ਹਾਂ ਬਿਲਕੁਲ ਜੇ ਆ ਡੀਸੀ ਦਫਤਰ ਹੀ ਨਹੀਂ ਆਉਂਦਾ ਕਿ ਬੈਠੇ ਰਹੋ ਬੈਠੇ ਰਹੋ ਮੰਤਰੀ ਘਰੇ ਹੀ ਨਹੀਂ ਵੜਦੇ ਕਿ ਬੈਠੇ ਰਹੋ ਸਾਨੂੰ ਕੋਈ ਨਹੀਂ ਹਾਂ ਇਧਰ ਪੰਜਾਬ ਦੇ ਮੁੱਖ ਮੰਤਰੀ ਦੇ ਘਰਾਂ ਮੂਰੇ ਧਰਨੇ ਲੱਗਦੇ ਰਹਿੰਦੇ ਨੇ ਪੱਕੇ ਧਰਨੇ ਚਾਹੇ ਕੈਪਟਨ ਦੇ ਘਰ ਮੂਰੇ ਚੱਲੇ ਚਾਹੇ ਬਾਦੂਨ ਦੇ ਘਰ ਮੂਰੇ ਚੱਲੇ ਚਾਹੇ ਚੰਨੀ ਦੇ ਘਰ ਮੂਰੇ ਚੱਲੇ ਚਾਹੇ ਹੁਣ ਭਗਵੰਤ ਮਾਨ ਦੇ ਘਰ ਮੂਰੇ 19 ਦਿਨਾਂ ਤੋਂ ਚੱਲ ਰ ਨੋ ਕਿ ਸਾਨੂੰ ਕੀ ਆਲੇ ਦਲੇ ਦੇ ਲੋਕ ਦੁਖੀ ਹੁੰਦੇ ਹੋਣਗੇ ਹੋਈ ਜਾਣ ਹੈ ਅਸੀਂ ਤਾਂ ਘਰੇ ਹੀ ਨਹੀਂ ਆਉਣਾ ਸੋ ਇਸ ਲਈ ਇਸ ਹਵਾਲੇ ਤੋਂ ਜਦੋਂ ਇੱਕ ਸਰਵੇ ਰਿਪੋਰਟ ਸਾਹਮਣੇ ਆਉਂਦੀ ਆ ਉਹ ਸਰਵੇ ਰਿਪੋਰਟ ਪ੍ਰਵੀਨ ਜੀ ਇੱਕ ਸੰਸਥਾ ਹੈ ਜਿਹੜੀ ਸੰਸਥਾ ਪੰਜਾਬ ਦੇ ਵਿੱਚ ਜਾਂ ਹੋਰ ਥਾਵਾਂ ਦੇ ਵਿੱਚ ਕੰਮ ਕਰਦੀ ਆ ਰਾਹਤ ਦਾ ਸੇਫ ਕਮਿਊਨਿਟੀ ਫਾਊਂਡੇਸ਼ਨ ਠੀਕ ਹੈ ਇਸ ਨੇ ਇੱਕ ਸਰਵੇ ਰਿਪੋਰਟ ਤਿਆਰ ਕੀਤੀ ਉਸ ਰਿਪੋਰਟ ਦੇ ਹਵਾਲੇ ਨਾਲ ਅੰਕੜੇ ਸਾਹਮਣੇ ਆਏ ਕਿ ਪੰਜਾਬ ਚ ਹਰ ਸਾਲ ਔਸਤਨ 135 ਦਿਨ ਹਮ ਹਾਈਵੇ ਜਾਮ ਰਹਿੰਦਾ ਜੀ ਤੇ ਉਸ ਹਾਈਵੇ ਜਾਮ ਹੋਣ ਨਾਲ 5.4 ਲੱਖ ਮਤਲਬ 5 ਲੱਖ 4000 ਦੇ ਕਰੀਬ ਕੰਮ ਕਮ ਕਾਜੀ ਘੰਟੇ ਬਰਬਾਦ ਹੋ ਜਾਂਦੇ ਨੇ ਹਮ ਇਹ ਅੰਕੜੇ ਬੜੇ ਮਤਲਬ ਹੈਰਾਨ ਕਰਨ ਵਾਲੇ ਤੁਸੀਂ ਇਹ ਦੇਖੋ ਕਿ ਉਹ ਕਹਿੰਦੇ ਕਿ ਜਿਹੜੀ ਇਹ ਫਾਊਂਡੇਸ਼ਨ ਉਹ ਕਹਿੰਦੀ ਸਾਲ ਚ ਔਸਤਨ 135 ਦਿਨ ਹਾਈਵੇ ਜਾਮ ਰਹਿਣ ਨਾਲ 5.4 ਲੱਖ ਕਾਮਕਾਜੀ ਘੰਟੇ ਖਰਾਬ ਹੁੰਦੇ ਨੇ 1000 ਲੋਕਾਂ ਦੇ ਮਤਲਬ ਕਿ ਸਾਲਾਨਾ ਔਸਤਨ ਇੱਕ ਘੰਟੇ ਨੇ 1000 ਲੋਕਾਂ ਦਾ ਠੀਕ ਹੈ 1000 ਲੋਕਾਂ ਦੇ ਪਿੱਛੇ ਗਣਤਾ ਕੱਢੀਏ 1000 ਲੋਕਾਂ ਦੇ ਪਿੱਛੇ 5 ਲੱਖ ਤੋਂ ਵੱਧ ਘੰਟਾ ਮਤਲਬ ਸਮਾਂ ਬਰਬਾਦ ਹੋ ਗਿਆ ਕੰਮ ਕਾਜ ਦਾ ਇੰਨਾ ਹੀ ਨਹੀਂ ਉਹ ਕਹਿੰਦੇ 6.75 ਕਰੋੜ ਦਾ ਤੇਲ ਮਤਲਬ ਬਰਬਾਦ ਹੋ ਜਾਂਦਾ ਉਹ ਅੱਛਾ ਜਿਹੜਾ ਸੜਕਾਂ ਤੇ ਜਦੋਂ ਅਸੀਂ ਖੜਦੇ ਆ ਗੱਡੀ ਚ ਸਟਾਰਟ ਆ ਹੌਲੀ ਹੌਲੀ ਤੁਰਦੀ ਆ 6.75 ਲੱਖ ਕਰੋੜ 6.75 ਕਰੋੜ ਜੀ ਸੋ 6 ਕਰੋੜ 75 ਲੱਖ ਹੋ ਗਿਆ ਲਗਭਗ ਹਾਂਜੀ ਸੋ 6 ਮਤਲਬ ਪੌਣੇ 7 ਕਰੋੜ ਦੇ ਕਰੀਬ-ਕਰੀਬ ਕਹਿੰਦੇ ਕਿ ਜਿਹੜਾ ਤੇਲ ਹੈ ਉਹ ਵਜਾ ਬਰਬਾਦ ਹੁੰਦਾ ਹੁਣ ਜਦੋਂ ਮੈਂ ਇਸ ਨੂੰ ਅੰਕੜਾ ਚ ਦੇਖਦਾ ਤਾਂ ਮੈਂ ਅੰਕੜਿਆਂ ਚ ਦੇਖਦਾ ਪ੍ਰਵੀਨ ਜੀ ਕਹਿੰਦੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਧਰ ਦੇ ਜ਼ਿਕਰ ਲੱਗੇ ਤਾਂ ਕਿਸਾਨਾਂ ਵੱਲੋਂ ਠੀਕ ਹੈ ਬੇਰੁਜ਼ਗਾਰਾਂ ਵੱਲੋਂ ਕੱਚੇ ਮੁਲਾਜ਼ਮਾਂ ਵੱਲੋਂ ਹਮ ਤੇ ਇਹ ਤੋਂ ਬਿਨਾ ਨੇ ਕਿ ਕਿਸੇ ਵਿਅਕਤੀ ਦੀ ਜਾਨ ਚਲੀ ਗਈ ਕੋਈ ਸੜਕ ਹਾਦਸਾ ਹੋ ਗਿਆ ਕੋਈ ਝਗੜਾ ਹੋ ਗਿਆ ਕੋਈ ਟਕਰਾਵ ਹੋ ਗਿਆ ਉਸ ਤੋਂ ਬਾਅਦ ਉਹ ਧਰਨੇ ਨੇ ਕੁਝ ਜਿਹੜੇ ਆਪਣੇ ਇਨਸਾਫ ਲੈਣ ਲਈ ਪਰ ਸਭ ਤੋਂ ਵੱਧ ਧਰਨਿਆਂ ਦੇ ਵਿੱਚ ਮੁੱਖ ਮੰਤਰੀਆਂ ਦੇ ਘਰ ਪਹਿਲੀ ਪਸੰਦ ਨੇ ਮੁੱਖ ਮੰਤਰੀਆਂ ਦੇ ਸ਼ਹਿਰ ਪਹਿਲੀ ਪਸੰਦ ਨੇ ਜਦੋਂ ਪੰਜਾਬ 'ਚ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਮੁੱਖ ਮੰਤਰੀ ਸੀ ਤਦ ਅੰਕੜੇ ਦੱਸਦੇ ਆ ਕਿ ਸਭ ਤੋਂ ਵੱਧ ਧਰਨੇ ਬਠਿੰਡੇ ਲੱਗੇ ਬਠਿੰਡੇ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਭ ਤੋਂ ਵੱਧ ਧਰਨੇ ਪਟਿਆਲੇ ਲੱਗੇ ਜਦੋਂ ਚੰਨੀ ਮੁੱਖ ਮੰਤਰੀ ਬਣੇ ਸਭ ਤੋਂ ਵੱਧ ਧਰਨੇ ਖਰੜ ਮਹਾਲੀ ਲੱਗੇ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਤੋਂ ਵੱਧ ਧਰਨੇ ਸੰਗਰੂਰ ਚ ਦੇਖਣ ਨੂੰ ਮਿਲਦੇ ਨੇ। ਹਮ ਜੇਕਰ ਸਾਲ ਵਾਈ ਜੀ ਗੱਲ ਕਰਨੀ ਹੋਵੇ। ਠੀਕ ਹੈ। 2019 ਦੇ ਵਿੱਚ 140 ਦਿਨ ਧਰਨੇ ਲੱਗੇ। ਹਮ ਇਹ ਇਹ 2019 ਪੂਰੇ ਸਾਲ ਦੇ ਔਸਤਨ ਮਤਲਬ ਔਸਤ ਉਹਦਾ 135 ਦੇ ਨਿਕਲੇ ਹੁੰਦਾ ਸਾਰੇ ਸਾਲਾਂ ਦਾ। ਠੀਕ ਹੈ। 2019 ਚ 140 ਦਿਨ ਧਰਨੇ ਲੱਗੇ 5.6 ਲੱਖ ਘੰਟੇ ਬਰਬਾਦ ਹੋਏ। ਠੀਕ ਹੈ। 2020 ਦੇ ਵਿੱਚ 241 ਦਿਨ ਧਰਨੇ ਲੱਗੇ। ਹਮਮ ਸਭ ਤੋਂ ਬਾਅਦ ਧਰਨੇ 2020 ਚ ਲੱਗਦੇ ਆ 2020 ਚ 241 ਦਿਨ ਧਰਨੇ ਲੱਗੇ 9.64 ਲੱਖ ਕਾਮਕਾਜੀ ਘੰਟੇ ਬਰਬਾਦ ਹੋਏ 1000 ਬੰਦੇ ਦੇ ਪਿੱਛੇ ਦੀ ਗੁਣ ਬਣਤਾ ਹੈ 2021 ਦੇ ਵਿੱਚ 70 ਦਿਨ ਧਰਨੇ ਲੱਗੇ ਹਮਮ ਤੇ 2.80 ਲੱਖ ਘੰਟੇ ਬਰਬਾਦ ਹੋਏ ਤੇ 2022 ਜਿਹੜਾ ਜੇ ਚੱਲ ਰਿਹਾ ਜੇ 10ਵਾਂ ਮਹੀਨਾ ਹਮਮ ਤੇ ਇਸ ਦਿਨ ਤੱਕ ਵੀ 90 ਦਿਨ ਧਰਨੇ ਲੱਗ ਚੁੱਕੇ ਨੇ ਹਮਮ 90 ਦਿਨਾਂ ਧਰਨਾ ਚ ਵੀ 3 ਲੱਖ 3.60 ਲੱਖ ਘੰਟੇ ਬਰਬਾਦ ਹੋ ਗਏ 18 ਅਕਤੂਬਰ ਤੱਕ ਦੇ ਇਹ ਅੰਕੜੇ ਨੇ ਜਿਹੜੇ 2022 ਦੇ ਨੇ ਤੇ ਇਹਦੇ ਵਿੱਚ ਕਹਿੰਦੇ ਹਰ ਸਾਲ ਜਿਹੜਾ ਸਮਾਂ ਬਰਬਾਦ ਹੁੰਦਾ 1000 ਵਿਅਕਤੀਆਂ ਪਿੱਛੇ ਇਹਨਾਂ ਨੇ ਅੰਕੜੇ ਕੱਢੇ ਤੇ ਇਹਨਾਂ 4 ਸਾਲਾਂ ਦੇ ਵਿੱਚ 598 ਐਫਆਈਆਰਾਂ ਦਰਜ ਹੋਈਆਂ ਨੇ ਪ੍ਰਿੰਸੀਪਲ ਅੱਛਾ 4 ਸਾਲ ਜਿਹੜੇ ਆ ਅਸੀਂ 219 220 221 ਤੇ 222 ਇਹਨਾਂ ਸਾਲਾਂ ਦੇ ਦਰਮਿਆਨ ਚਾ 598 ਐਫਆਈਆਰ ਦਰਜ ਹੋਈਆਂ ਔਰ ਇਹਨਾਂ 598 ਐਫਆਈਆਰ ਚੋਂ 450 ਐਫਆਈਆਰ ਕਿਸਾਨਾਂ ਨਾਲ ਸੰਬੰਧਿਤ ਧਰਾਂ ਦੇ ਉੱਤੇ ਨੇ ਜੀ ਤੇ ਇਹਨਾਂ ਦੇ ਵਿੱਚੋਂ ਕੁੱਲ 598 ਚੋਂ 300 ਮਾਮਲੇ ਹੁਣ ਤੱਕ ਵਾਪਸ ਲੈ ਲਏ ਗਏ ਨੇ ਸਮੇ ਸਮੇਂ ਦੀਆਂ ਸਰਕਾਰਾਂ ਸਮੇ ਹੂੰ ਚਾਹੇ ਕੋਈ ਬਾਦਲਾ ਸਮੇ ਲੈ ਲੇ ਕੋਈ ਚੰਨੀ ਕੈਪਟਨ ਲੈ ਲੇ ਕੋਈ ਹੁਣ ਮਾਨਦਾਲੇ ਲੈ 300 ਮਾਮਲੇ ਵਾਪਸ ਹੋ ਗਏ ਨੇ ਤੇ 130 ਦੇ ਕਰੀਬ ਮਾਮਲੇ ਹੋਰ ਵਾਪਸ ਲੈਣ ਦੀ ਕਵਾਇਦ ਹੈ ਮਤਲਬ 430 ਕ ਮਾਮਲੇ ਵਾਪਸ ਹੋਣ ਦੀ ਕਬੈਦ ਹੈਗੀ 600 ਦੇ ਵਿੱਚੋਂ ਠੀਕ ਹੈ ਸੋ ਇਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਮਤਲਬ ਕਿ 170 ਦੇ ਕਰੀਬ ਮਾਮਲੇ ਅਜੇ ਵੀ ਅਜੇ ਖੜੇ ਨੇ ਜਿਹੜੇ ਪੈਂਡਿੰਗ ਨੇ ਸੋ ਜਾਮ ਦੇ ਮੁੱਖ ਕਾਰਨ ਆਪਾਂ ਜਿਵੇਂ ਗੱਲ ਕੀਤੀ ਹੈ ਕਿ ਚਾਹੇ ਉਹ ਖੇਤੀ ਨਾਲ ਸੰਬੰਧਿਤ ਕਿਸਾਨੀ ਧਰਾਂ ਨਾਲ ਸੰਬੰਧਿਤ ਨੇ ਚਾਹੇ ਗੰਨੇ ਦੀ ਧੈਗੀ ਨੂੰ ਲੈ ਕੇ ਨੇ ਚਾਹੇ ਕਿਸਾਨ ਸੰਗਠਨਾਂ ਵੱਲੋਂ ਲਗਾਤਾਰ ਜਾਮ ਲਏ ਜਾਂਦੇ ਨੇ ਚਾਹੇ ਪੰਜਾਬ 'ਚ ਵੱਖ-ਵੱਖ ਨੌਕਰੀਆਂ ਕੱਚੀਆਂ ਨੌਕਰੀਆਂ ਪੱਕੀਆਂ ਨੌਕਰੀਆਂ ਤਨਖਾਹ ਵਧਾਉਣ ਲਈ ਪੱਤੇ ਲੈਣ ਲਈ ਉਹਨਾਂ ਸਾਰੇ ਮਾਮਲੇ ਨੇ ਜੋਬ ਦੇ ਆਰਥਿਕ ਘਟਨਾਵਾਂ ਵੱਲੋਂ ਸਮੇਂ-ਸਮੇਂ ਧਰਨੇ ਲੱਗਦੇ ਨੇ ਸੋ ਇਹ ਇਹ ਸਾਰੇ ਮਾਮਲੇ ਨੇ ਕਿ ਜਿਹਦੇ ਆਧਾਰ ਤੇ ਉੱਤੇ ਪੰਜਾਬ ਦੇ ਵਿੱਚ ਔਸਤਨ ਹਰ ਸਾਲ 135 ਦਿਨ ਧਰਨੇ ਚੱਲਦੇ ਨੇ ਤੇ ਜਿਹਦੇ ਨਾਲ ਹੁਣ ਤੱਕ ਮਤਲਬ 4 ਸਾਲਾਂ ਦੀ ਔਸਤ ਨਿਕਲ ਕੇ ਆਉਂਦੀ ਹੈ 6.75 ਕਰੋੜ ਦਾ ਤੇਲ ਬਰਬਾਦ ਹੋ ਚੁੱਕਿਆ ਤੇ 5.4 ਲੱਖ ਕਾਮਕਾਜੀ ਘੰਟੇ ਹਜ਼ਾਰ ਬੰਦੇ ਦੇ ਪਿੱਛੇ ਹਰ ਸਾਲ ਬਰਬਾਦ ਹੋ ਜਾਂਦੇ ਆ ਜੀ ਜੀ ਬਿਲਕੁਲ ਜੀ ਜਦੋਂ ਇਹ ਗੱਲ ਸੱਚ ਹੈ ਕਿ ਸੰਘਰਸ਼ ਕਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਪਰ ਜਦੋਂ ਪੋਲਿਸੀ ਮੇਕਰ ਜਦੋਂ ਕਾਨੂੰਨ ਸਾਜ਼ ਕਾਨੂੰਨ ਘਾੜੇ ਸੱਤਾ ਚਲਾਉਣ ਵਾਲੇ ਲੋਕ ਲੋਕ ਮੁੱਦਿਆਂ ਤੋਂ ਮੂੰਹ ਫੇਰ ਲੈਣ ਤਾਂ ਲੋਕਾਂ ਨੂੰ ਸੜਕਾਂ ਤੇ ਨਿਕਲਣਾ ਪੈਂਦਾ ਹੀ ਹੈ ਸੋ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਨੇਤਾ ਵੱਡੇ ਨਹੀਂ ਹੁੰਦੇ ਇਸੇ ਗੱਲ ਦੇ ਨਾਲ ਹੀ ਅਸੀਂ ਖਬਰਾਂ ਦੀ ਸਮਾਪਤੀ ਕਰਾਂਗੇ